ਹੋਰ ਯਾਰ ਫਿਰ ਕੀ ਹਾਲ ਚਾਲ ਹੈ ਸਾਰੇ ਜਣੇ ਦਾ? ਤਾਂ ਅੱਜ ਆਪਾਂ ਫਤਿਹਗੜ੍ਹ 'ਚ ਹਾਂ, ਠੀਕ ਹੈ, ਸਰਹੰਦ। ਅਤੇ ਅੱਜ ਮੈਂ ਤੁਹਾਨੂੰ ਜਿਵੇਂ ਕਿਹਾ ਸੀ ਕੱਲ੍ਹ ਦੇ ਵਲੋਗ ਦੇ ਵਿੱਚ ਕਿ ਸਾਰੇ ਗੁਰਦੁਆਰੇ ਆਪਾਂ ਇੱਥੋਂ ਦੇ ਵਿਖਾਵਾਂਗੇ, ਠੀਕ ਹੈ, ਤਾਂ ਤੁਸੀਂ ਫਿਰ ਆ ਗਏ ਟਾਈਮ ਸਿਰ। ਸਹੀ ਗੱਲ, ਵਧੀਆ ਵਧੀਆ। ਆਪਾਂ ਹੁਣ ਚੱਲਦੇ ਹਾਂ, ਸਭ ਤੋਂ ਪਹਿਲਾਂ ਦਰਸ਼ਨ ਕਰਦੇ ਹਾਂ ਆਪਾਂ ਇੱਥੇ ਠੰਡੇ ਬੁਰਜ 'ਤੇ, ਠੀਕ ਆ, ਦਰਬਾਰ 'ਚ, ਅਤੇ ਮੁੜ ਕੇ ਆਪਾਂ ਅੱਗੇ ਨਿਕਲਾਂਗੇ। ਅਤੇ ਚਲੋ ਜੀ, ਆਪਾਂ ਪਹਿਲਾਂ ਦਰਬਾਰ ਦੇ ਅੰਦਰ ਮੱਥਾ ਟੇਕਦੇ ਹਾਂ, ਫਿਰ ਠੰਡੇ ਬੁਰਜ ਦਰਸ਼ਨ ਕਰਾਵਾਂਗੇ। ਯਾਰ ਲੋਕੇਸ਼ਨ ਦੇਖੋ, ਸਵੇਰੇ ਸਵੇਰੇ ਕਿੰਨਾ ਸੋਹਣਾ ਲੱਗਣ ਨਾ, ਹਲੇ ਸੂਰਜ ਨਿਕਲਣ ਲੱਗਾ ਹੋਵੇ। ਤਾਂ ਚਲੋ ਯਾਰ, ਦਰਸ਼ਨ ਕਰਕੇ ਆਉਂਦੇ ਆਪਾਂ, ਜੁੜੇ ਜੁੜੇ ਲਾ ਕੇ, ਅਤੇ ਦੇਖ ਆਪਾਂ ਕਰਾਲੀ ਬਾਬਾ ਤੱਤੀ ਹੈ ਭਰਾਵਾ, ਕੜਾ ਬੜਾ ਤੱਤਾ ਜੀ, ਅਤੇ ਮੇਰੇ ਹੱਥ ਨੂੰ ਲੱਗ ਰਿਹਾ ਹਲੇ, ਇੱਧਰ ਵੇਖੋ, ਚੈੱਕ ਕਰੋ। ਚਲੋ ਫਟਾਫਟ ਚੱਲਦੇ ਹਾਂ। ਤਾਂ ਆਹ ਚੈੱਕ ਕਰੋ ਯਾਰ, ਇੱਧਰ ਨਾ ਥੱਲੇ ਭੋਰਾ ਸਾਹਿਬ ਆ, ਅਤੇ ਉਹਦੇ ਵਿੱਚ ਥੱਲੇ ਜਗ੍ਹਾ ਜਿੱਥੇ ਨਾ ਛੋਟੇ ਸ਼ਾਹਜਾਦੇ ਨੂੰ ਨਾ ਨੀਂਹ 'ਚ ਚੈਨ ਲੱਗੀ ਸੀਗੀ ਨਾ, ਅਤੇ ਜਿਹੜੀ ਜਗ੍ਹਾ ਕਹਿੰਦੇ ਕੰਧ ਬਣਾਈ ਸੀ ਉਹਨਾਂ 'ਤੇ ਟੁੱਟ ਗਈ ਹੈ ਨਾ, ਉਹ ਥੱਲੇ ਮਤਲਬ ਹੈ ਜਗ੍ਹਾ ਥੋੜ੍ਹੀ ਜੀ। ਯਾਰ ਦਰਬਾਰ ਦੇ ਵਿੱਚ ਦਰਸ਼ਨ ਕਰਕੇ ਆਓਗੇ ਨਾ, ਅਤੇ ਇੱਧਰਲੀ ਸਾਈਡ 'ਤੇ ਆਵੇ ਠੰਡੇ ਬੁਰਜ ਨੂੰ ਸਿੱਧਾ ਰਾਹ ਜਾਂਦਾ, ਮੈਂ ਉੱਧਰੋਂ ਗਿਆ ਹੁਣ। ਚਲੋ ਜੀ, ਆਪਾਂ ਦਰਸ਼ਨ ਕਰਕੇ ਆਉਂਦੇ ਹਾਂ। ਤਾਂ ਯਾਰ ਹੁਣ ਆਪਾਂ ਠੰਡੇ ਬੁਰਜ ਦੇ ਦਰਸ਼ਨ ਕਰ ਲਏ ਆ। ਤੁਹਾਨੂੰ ਪਤਾ ਹੈ ਕਿ ਇੱਥੇ ਮਾਤਾ ਗੁਜਰੀ ਜੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀਗਾ, ਅਤੇ ਉਸ ਵੇਲੇ ਨਾ ਇਹ ਜਿਵੇਂ ਉੱਚੀ ਜਗ੍ਹਾ ਸੀ, ਹੁਣ ਜਿਵੇਂ ਅਸੀਂ ਜਿੱਥੋਂ ਬੱਸ ਅੱਡੇ ਤੋਂ ਜਿਵੇਂ ਆਏ ਇੱਧਰ ਨੂੰ, ਅਤੇ ਸਿੱਧਾ ਨਹੀਂ ਟੈਂਪੂ ਵਾਲਾ ਵੀ ਲਿਆ, ਕਹਿੰਦਾ ਚੜ੍ਹਾਈ ਬੜੀ ਇੰਜਨ ਦਾ ਜ਼ੋਰ ਲੱਗਦਾ, ਚਲੋ ਲੱਗਦਾ ਹੋਊਗਾ। ਅਤੇ ਉਸ ਵੇਲੇ ਇਹ ਜਗ੍ਹਾ ਸੋਚ ਕੇ ਦੇਖੋ ਕਿੰਨੀ ਉੱਚੀ ਹੋਊਗੀ, ਜਦੋਂ ਹਲੇ ਤਾਂ ਚਲੋ ਸੜਕਾਂ ਹੋ ਗਈਆਂ, ਇਹ ਹੋ ਗਿਆ, ਉਹ ਹੋ ਗਿਆ, ਸਾਰਾ ਕੁਝ ਹੋ ਗਿਆ ਹੈ ਨਾ, ਅਤੇ ਪੈਂਦੀਆਂ ਗਈਆਂ ਭਰਤੀਆਂ ਉੱਤੇ ਦੇ ਉੱਤੇ, ਉਸ ਜ਼ਮਾਨੇ 'ਚ ਜਗ੍ਹਾ ਕਿੰਨੀ ਉੱਚੀ ਸੀ, ਅਤੇ ਜਦੋਂ ਉੱਚੀ ਜਗ੍ਹਾ ਦੇ ਵਿੱਚ ਠੰਡ ਦੇ ਮਹੀਨੇ ਦੇ ਵਿੱਚ ਤੁਸੀਂ ਸਾਫ ਸੋਚੋ, ਹਿਸਾਬ ਲਓ ਕਿੰਨਾ ਠੰਡਾ ਮੌਸਮ ਰਿਹਾ ਹੋਊਗਾ ਹੈ ਨਾ। ਬਾਕੀ ਹੁਣ ਆਪਾਂ ਇੱਧਰ ਆਏ ਹਾਂ ਯਾਦਗਾਰ ਸ਼ਹੀਦ ਮੋਤੀ ਰਾਮ ਜੀ ਮਹਿਰਾ, ਇਹ ਪਾਰਕ ਟਾਈਪ ਹੈ ਇੱਥੇ ਇੱਕ, ਤਾਂ ਉਹ ਦੇਖਦੇ ਹਾਂ ਆਪਾਂ। ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਮੋਤੀ ਰਾਮ ਮਹਿਰਾ ਜੀ ਨਾ, ਉਹਨਾਂ ਨੇ ਦੁੱਧ ਦੀ ਸੇਵਾ ਕੀਤੀ ਨਾ, ਛੋਟੇ ਸ਼ਹਿਰਾਂ ਨੂੰ ਦੁੱਧ ਪਿਆਏ ਜਾ ਕੇ, ਅਤੇ ਗੁਰੂ ਉਹਦੇ ਉਸ ਕੰਮ ਨੂੰ ਕਰਨ ਦੇ ਲਈ ਬਾਅਦ ਵਿੱਚ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀਸ ਕੇ ਰੱਖਦਾ ਸੀ। ਮਤਲਬ ਮੁਗਲ ਜ਼ੁਰਮ ਤਾਂ ਬੜਾ ਕਰਦੇ ਰਹੇ ਆ ਕਿ ਸਿੱਖੀ ਨੂੰ ਮਿਟਾ ਦਈਏ, ਪਰ ਜਿਹੜੀ ਚੀਜ਼ ਮਤਲਬ ਜਿਹੜੀ ਚੀਜ਼ ਰੱਬ ਨੇ ਬਚਾ ਕੇ ਰੱਖੀ ਹੋਵੇ ਨਾ, ਉਹ ਫਿਰ ਕਿੱਦਾਂ ਮਿਟਦੀ ਹੈ ਨਾ। ਹੁਣ ਵੀ ਜਿਵੇਂ ਅੱਜ ਕੱਲ੍ਹ ਦੀਆਂ ਸਰਕਾਰਾਂ ਵੀ ਮੱਥਾ ਬੜਾ ਲਾਉਂਦੀਆਂ, ਕੀ ਪਤਾ ਉਹਨਾਂ ਦਾ ਵੀ ਟਾਈਮ ਹੋ ਜਾਵੇ ਕਿਹੜੇ ਵਾਲੇ। ਬਾਕੀ ਪਾਰਕ ਸੋਹਣੀ ਲੱਗ ਰਹੀ, ਮੈਂ ਤੁਹਾਨੂੰ ਦਿਖਾਉਂਦਾ, ਦੇਖੋ ਬਾਈ ਆ ਕੰਧਾਂ ਕੁੰਧਾਂ, ਦੇਖੋ ਕਿੱਡੀਆਂ ਸੋਹਣੀਆਂ ਬਣਾਈਆਂ ਗਈਆਂ ਵਾ, ਅਤੇ ਥੱਲੇ ਚੱਲਾਂਗੇ ਉੱਥੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ, ਅਤੇ ਆ ਜਾਓ। ਪਾਰਕ ਬਹੁਤ ਸੋਹਣੀ ਆ, ਪਰ ਜਿਹੜੀ ਇਹਨਾਂ ਦੇ ਨਾਲ ਯਾਦਾਂ ਜਾਂ ਇਤਿਹਾਸ ਆ, ਠੀਕ ਆ, ਉਹ ਸੁਣ ਕੇ ਥੋੜ੍ਹਾ ਰੌਂਗਟੇ ਖੜ੍ਹੇ ਹੋ ਜਾਂਦੇ ਇੱਕ ਦੋ ਵਾਰੀ, ਹੈ ਨਾ, ਜਦੋਂ ਵੀ ਸੁਣੀਦਾ ਕੁਝ। ਬਾਕੀ ਯਾਰ ਅਸੀਂ ਤਾਂ ਇੱਧਰੋਂ ਰੇੜੀ ਵਾਲੀ ਜਗ੍ਹਾ ਤੋਂ ਆਏ ਹਾਂ, ਇੱਥੇ ਨਾ ਪੌੜੀਆਂ ਵਾਲੀ ਜਗ੍ਹਾ ਵੇਖੋ ਕਿਹੜੀ ਸੋਹਣੀ ਲੱਗਣ ਦੀ ਹੈ ਨਾ, ਜਾਂਦੇ ਵੇਲੇ ਇੱਧਰੋਂ ਦੀ ਜਾਵਾਂਗੇ। ਬਾਕੀ ਤੁਹਾਨੂੰ ਦਿਖਾਉਂਦੇ ਆਪਾਂ ਮੇਨ ਜਗ੍ਹਾ ਜਾਂਦੇ ਜਿਹੜੀ ਯਾਦਗਾਰ ਬਣਾਈ ਆ, ਅਤੇ ਫਿਰ ਉਹਦੇ ਆਲੇ ਦੁਆਲੇ ਨਾ ਕੁਝ ਛੋਟੇ ਛੋਟੇ ਪਿੱਲਰ ਟਾਈਪ ਦੇਖੋ ਰੱਖੇ ਹੋਏ, ਇੱਥੇ ਬੈਠਣ ਲਈ ਜਗ੍ਹਾ ਸੋਹਣੀ ਲੱਗੀ, ਪਾਰਕ ਵਧੀਆ ਮੈਨੂੰ ਲੱਗੀ, ਵਧੀਆ ਬਣਾਈ ਆ, ਕਾਫੀ ਵਧੀਆ, ਪਰ ਹੈ ਨਹੀਂ ਕੋਈ ਆ ਸਾਡੇ ਸਵਾ ਕੋਈ ਇੱਕ ਬੰਦਾ ਵੀ ਨਹੀਂ ਦਿਖਾਉਂਦੇ। ਤਾਂ ਯਾਰ ਆਵੇ ਹੁਣ ਜਿਹੜੀ ਮੇਰੇ ਪਿੱਛੇ ਜਗ੍ਹਾ ਨਹੀਂ ਦਿਖਾਉਂਦੀ ਹੈ ਨਾ, ਇਹ ਬਣਾਇਆ ਇੱਕ ਸਮਾਰਕ, ਜਿਵੇਂ ਆਪਣੇ ਚਿੱਲਿਆਂ ਵਾਲੇ ਬਾਗ 'ਚ ਲਾਟ ਟਾਈਪ ਹੈ ਨਾ, ਉਸੇ ਤਰ੍ਹਾਂ ਇੱਥੇ ਆਹ ਜਗ੍ਹਾ ਹੈਗੀ ਆ, ਇੱਥੇ ਬਣਾਇਆ, ਯਾਦਗਾਰ ਬਣਾਈ ਗਈ ਆ, ਠੀਕ ਆ। ਅਤੇ ਹਾਂ ਫਿਰ ਫੋਟੋਆਂ ਖਿੱਚਦੇ ਦੋ ਚਾਰ, ਪਾਰਕ ਬੜੀ ਸੋਹਣੀ ਲੱਗੀ ਮੈਨੂੰ, ਬਾਕੀ ਬਸ ਹੈ ਨਹੀਂ ਕੋਈ ਇੱਥੇ, ਬਾਕੀ ਗੱਲ ਵੱਖਰੀ ਆ, ਅਤੇ ਇੱਥੇ ਕੋਈ ਲਿਖਿਆ ਵੀ ਹੋਇਆ ਤੁਹਾਨੂੰ ਦਿਖਾਉਣਾ। ਵੈਸੇ ਤਾਂ ਮੈਂ ਤੁਹਾਨੂੰ ਇਤਿਹਾਸ ਦੱਸਤਾ, ਪਰ ਇੱਥੇ ਇਤਿਹਾਸ ਵੈਸੇ ਲਿਖਿਆ ਵੀ ਹੋਇਆ, ਤਾਂ ਤੁਸੀਂ ਰੋਕ ਕੇ ਆਰਾਮ ਨਾਲ ਪੜ੍ਹ ਸਕਦੇ, ਠੀਕ ਆ, ਥੋੜ੍ਹਾ ਵੇਖ ਲਿਓ। ਤਾਂ ਚਲੋ ਯਾਰ, ਆਪਾਂ ਆਲੀ ਪੂਰੀ ਜਿਹੜੀ ਪਾਰਕ ਹੈ ਦੇਖ ਲਈ ਆ, ਠੀਕ ਆ, ਹੁਣ ਇੱਧਰੋਂ ਆਪਣਾ ਟੋਡਰ ਮੱਲ ਦੀ ਹਵੇਲੀ ਚੱਲੇ ਹਾਂ, ਠੀਕ ਆ।
ਉਹ ਕਹਿੰਦੇ ਇੱਧਰਲੀ ਸਾਈਡ 'ਤੇ ਸ਼ਾਇਦ ਥੋੜ੍ਹਾ ਵੇਖ ਲੈਂਦੇ ਪੁੱਛ ਲੈਂਦੇ ਰਾਹ ਅਤੇ ਆਪਾਂ ਉੱਥੇ ਵੀ ਦਰਸ਼ਨ ਕਰਕੇ ਆਉਂਦੇ ਹਾਂ। ਲਓ ਜੀ ਅਸੀਂ ਗੁਰਦੁਆਰੇ ਤੋਂ ਬਾਹਰ ਨਿਕਲੇ ਹਾਂ ਟੋਡਰ ਮੱਲ ਦੀ ਹਵੇਲੀ ਵੱਲ ਨੂੰ ਜਾਣ ਲਈ, ਤਾਂ ਇੱਧਰ ਅੱਗੇ ਫਾਟਕ ਲੱਗਾ ਹੋਇਆ ਹੈ, ਇਹ ਤਾਂ ਰੁਕਣਾ ਪਊਗਾ, ਨਹੀਂ ਸੱਚ ਹੜਤ ਗੱਡੀਆਂ ਨਹੀਂ ਅਸੀਂ ਤਾਂ ਥੱਲੇ ਚੱਲ ਜਾਣਾ। ਤਾਂ ਯਾਰ ਹੁਣ ਨਾ ਜਿਵੇਂ ਇੱਧਰੋਂ ਆਪਾਂ ਆਈਏ ਟੋਡਰ ਮੱਲ ਦੀ ਹਵੇਲੀ, ਨੇੜਾ ਰਾਹ ਜਾਂਦਾ ਨਾ ਸੜਕ ਜੀ ਇੱਕ, ਹੈ ਨਾ, ਅਤੇ ਉਹ ਅੰਕਲ ਤੁਰੇ ਜਾਂਦੇ ਨਾ, ਉਹਨਾਂ ਦਾ ਕਿਹਾ ਕਹਿੰਦੇ ਇੱਧਰੋਂ ਜਾਓਗੇ ਨਾ ਫਿਰ ਐਂ ਜਾਣਾ ਪੈਣਾ ਤੁਹਾਨੂੰ, ਫਿਰ ਅੰਦਰੋਂ ਅੰਦਰੋਂ ਇੱਥੋਂ ਐਂ ਜਾਓ ਐਂ, ਉੱਥੇ ਪੀਲਾ ਜਿਹੜਾ ਬੋਰਡ ਨਹੀਂ ਲੱਗਾ ਉੱਥੇ ਪਹੁੰਚ ਕੇ ਰਾਹ ਤੁਹਾਡਾ ਸਿੱਧਾ ਹੋ ਜਾਣਾ। ਬਾਬੇ ਬਾਕੀ ਨਹੀਂ ਮੈਨੂੰ ਪਤਾ ਕਿ ਭਾਈ ਨੇ ਰਾਹ ਕਿਹੜੇ ਪਾ ਦਿੱਤਾ, ਪਰ ਇੰਨਾ ਪਤਾ ਪਟਰੀ ਦੇ ਜਿਹੜਾ ਹੱਥ ਆ, ਠੀਕ ਆ, ਆਹ ਮੈਂ ਪਟਰੀ 'ਤੇ ਤੁਰੇ ਜਾ ਰਿਹਾ, ਮੈਂ ਤੁਹਾਨੂੰ ਦਿਖਾਉਣਾ। ਸੋ ਜੇ ਕਿਸੇ 'ਤੇ ਛਾਲ ਛੂਲ ਮਾਰਨੀ ਤਾਂ ਫੋਨ ਦੇ ਵਿੱਚੋਂ ਨਿਕਲ ਕੇ ਮਾਰ ਸਕਦਾ, ਠੀਕ ਹੈ। ਹੁਣ ਇੱਥੋਂ ਦੇਖਦੇ ਹਾਂ, ਉਹ ਪੀਲਾ ਜਿਹਾ ਬੋਰਡ ਸਾਹਮਣੇ ਦੇਖਦੇ ਰਿਹਾ, ਉਹ ਕਹਿੰਦੇ ਉੱਥੋਂ ਵੱਟੋ ਵੱਟੀ ਹੋ ਜਾਓ, ਛੋਟਾ ਰਾਹ ਪਊਗਾ, ਨਹੀਂ ਤਾਂ ਉੱਧਰੋਂ ਪਹਿਲਾਂ ਬਾਹਰੋਂ ਜਾਓਗੇ ਫਿਰ ਅੰਦਰੋਂ ਜਾਓਗੇ ਵਗੈਰਾ ਵਗੈਰਾ, ਮੈਨੂੰ ਨਹੀਂ ਪਤਾ ਕੀ ਹੁੰਦੇ ਵਾ, ਬਸ ਤੁਰੇ ਜਾਓ। ਲਓ ਜੀ ਫਤਿਹਗੜ੍ਹ ਸਾਹਿਬ ਦਾ ਰੇਲਵੇ ਸਟੇਸ਼ਨ ਪਹੁੰਚ ਗਏ ਜੀ ਅਸੀਂ, ਕਦੇ ਗਲਤ ਨਹੀਂ ਜਿਹੜਾ ਆਤਾ ਮੈਨੂੰ ਰੇਲਵੇ ਸਟੇਸ਼ਨ ਦਾ, ਸਾਡੇ ਨਾਲ ਕੀ ਕੰਮ ਰੇਲਵੇ ਸਟੇਸ਼ਨ ਦਾ, ਹੁਣ ਤੋਂ ਬਾਅਦ ਇੱਥੋਂ ਕਿਤੇ ਪੁੱਛਦੇ ਪਰ ਆ ਜਾਂਦਾ ਵੀ ਰਾਹ। ਤਾਂ ਯਾਰ ਉੱਥੋਂ ਪਟਰੀ ਤੋਂ ਉੱਤਰ ਕੇ ਨਾ ਆਪਾਂ ਇੱਧਰ ਵੱਟ ਵੁੱਟ 'ਤੇ ਆ ਗਏ ਹਾਂ, ਅਤੇ ਭਾਈ ਨੇ ਤਾਂ ਇਹੋ ਦੱਸਿਆ, ਕਹਿੰਦਾ ਇੱਥੋਂ ਵੱਟੋ ਵੱਟੀ ਹੋ ਜਾਓ, ਉੱਥੇ ਕਿਤੇ ਆਊਗਾ ਇਹਨਾਂ ਘਰਾਂ ਦੇ ਪਿੱਛੇ। ਤਾਂ ਉਹ ਵੱਟੋ ਵੱਟੀ ਹੋ ਗਿਆ, ਚੈੱਕ ਕਰੋ, ਠੀਕ ਹੈ, ਪੜ੍ਹ ਲਿਓ ਰੋਕ ਕੇ ਜੇ ਪੜ੍ਹਨਾ ਆ। ਅਤੇ ਆਹ ਵੇਖੋ ਆਹ ਆਪਾਂ ਹਵੇਲੀ ਆ ਗਏ, ਠੀਕ ਹੈ, ਆਹ ਟੋਡਰ ਮੱਲ ਦੀ ਹਵੇਲੀ ਹੈ, ਤੁਹਾਨੂੰ ਥੋੜ੍ਹਾ ਲਾਗੋਂ ਦਿਖਾਉਂਦੇ ਹਾਂ ਆਪਾਂ। ਹਾਂ ਚਲੋ ਚੈੱਕ ਕਰੋ, ਆਹ ਦੇਖੋ ਲਾਗੋਂ ਥੋੜ੍ਹਾ ਦੇਖ ਲਓ ਤੁਸੀਂ ਹਵੇਲੀ। ਹੁਣ ਇੱਥੇ ਮੇਨ ਗੇਟ ਲੱਭਣਾ ਹੈ, ਮੈਨੂੰ ਤਾਂ ਸਾਰੇ ਮੇਨ ਗੇਟ ਲੱਗਣ ਦੇ, ਕਿਤੋਂ ਵੀ ਵੜ ਜਾਓ ਅੰਦਰ। ਤਾਂ ਯਾਰ ਆਹ ਚੈੱਕ ਕਰੋ ਤੁਸੀਂ ਹਵੇਲੀ 'ਤੇ, ਬਹੁਤ ਦਿਮਾਗ ਲਾ ਕੇ, ਬਹੁਤ ਜ਼ਿਆਦਾ ਦਿਮਾਗ ਲਾ ਕੇ ਪਾਰਸਦੀਪ ਸਿੰਘ ਨੇ ਮੇਨ ਗੇਟ ਲੱਭ ਲਿਆ ਹੈ, ਠੀਕ ਹੈ। ਓਏ ਇੱਥੇ ਲਿਖਿਆ ਵੀ ਆ ਬੇਸਮੈਂਟ ਸਟੀਅਰਸ ਜੈਕ ਚੈੱਕ ਆਊਟ ਦਿਸ ਵਨ, ਅਤੇ ਆਪਾਂ ਅੰਦਰ ਜਾ ਸਕਦੇ ਹਾਂ। ਆਹ ਉਦੋਂ ਦਾ ਉਹਦਾ ਘਰ ਦਾ, ਬਾਈ ਤੁਸੀਂ ਹਿਸਾਬ ਲਾਓ ਉਸ ਜ਼ਮਾਨੇ ਦੇ ਵਿੱਚ ਵੀ ਉਹਦੀ 4 ਮੰਜ਼ਿਲਾ ਕੋਠੀ ਸੀ, 4 ਮੰਜ਼ਿਲਾ, ਉਹ ਕਿੰਨਾ ਅਮੀਰ ਹੋਊਗਾ ਜਿਹੜਾ ਜਿਹਦੀ 1700 'ਚ 4 ਮੰਜ਼ਿਲਾ ਕੋਠੀ ਸੀ, ਹੈ ਨਾ। ਓਏ ਥੱਲੇ ਵੜ ਗਏ ਯਾਰ ਕਿੱਧਰ, ਚੈੱਕ ਕਰੋ ਥੱਲੇ ਆ ਗਿਆ ਆਪਾਂ। ਹੁਣ ਇੱਥੇ ਕੀ ਹੈ ਮੈਨੂੰ ਨਹੀਂ ਪਤਾ, ਉੱਧਰ ਤੁਸੀਂ ਚੈੱਕ ਕਰੋ, ਉੱਧਰ ਰੱਖੋ, ਉੱਧਰੋਂ ਆਪਾਂ ਅੱਗੇ ਜਾ ਸਕਦੇ ਜੀ, ਠੀਕ ਹੈ। ਆ ਇੱਥੇ ਕੁਝ ਬੈਠਣ ਨੂੰ ਬਣਾਇਆ ਹੋਊਗਾ ਉਸ ਜ਼ਮਾਨੇ 'ਚ, ਠੀਕ ਹੈ, ਅਤੇ ਇੱਧਰੋਂ ਅੱਗਿਓਂ ਘਰ ਦੇ ਅੰਦਰ ਦਾ ਰਾਹ ਜੇ। ਓਏ ਮੈਂ ਇੱਥੇ ਨੂੰ ਕੀ ਵੇਖਾਂ ਮੈਨੂੰ ਦੱਸੋ ਜ਼ਰਾ, ਗਾ ਤੁਹਾਨੂੰ ਦਿਖਾਉਣਾ ਥੋੜ੍ਹਾ ਬਹੁਤ। ਆਹ ਪਤਾ ਨਹੀਂ ਕੀ ਹੈ, ਆਹ ਜਿਵੇਂ ਕੁਝ ਤਾਂ ਹੋਊਗਾ, ਮੈਂ ਗੈਸ ਨਹੀਂ ਲਾ ਰਿਹਾ ਬਰਾਈ। ਰਾਹ ਇੱਥੇ ਆ ਜਿਵੇਂ ਦੀਵੇ ਦੂਵੇ ਬਾਲਣ ਨੂੰ ਰੱਖਿਆ ਹੋਇਆ ਵਾ, ਹੁਣ ਬਹੁਤਾ ਅੰਦਰ ਜਾਂਦੇ ਹੋਏ ਪਾਸ ਹੋਣੀ, ਅਤੇ ਆਹ ਮੀਨਾਕਾਰੀ ਹੋਈ ਉਸ ਜ਼ਮਾਨੇ ਦੀ, ਇੱਧਰ ਡਿਜ਼ਾਇਨ ਪਾਏ ਅਗਲੇ ਆ ਛੱਤ ਦੇ ਉੱਤੇ ਨਾ ਡਿਜ਼ਾਇਨ ਦੇਖੋ ਕਿੱਦਾਂ ਦੇ ਪਾਏ ਆ, ਇੱਧਰ ਹੋਰ ਜਗ੍ਹਾ ਹੈਗੀ ਜੇ ਚੁੱਲਾ ਤੇ ਚੁੱਲਾ ਇੱਥੇ ਸੀਗਾ, ਉਹ ਬਾਹਰ ਜਾਣ ਦਾ ਰਸਤਾ ਸੀਗਾ, ਆਹ ਕੁਝ ਵੀ ਹੋ ਸਕਦਾ। ਇੱਥੇ ਰਸੋਈ ਦੀ ਅਲਮਾਰੀ ਨੇ ਕਿਹਾ ਇੱਥੇ ਰਾਸ਼ਨ ਰੁਸ਼ਨ ਹੱਦ ਹੋਣਗੇ। ਚਲੋ ਯਾਰ ਹੁਣ ਅੱਗੇ ਆਪਾਂ ਲੋਕੇਸ਼ਨ ਨੂੰ ਪੁੱਛਣ ਵਾਲੇ ਆ, ਉਹ ਆ ਸਟੋਰ ਚ ਚੈੱਕ ਕਰੋ, ਆਈ ਮੀਨ ਦਾ ਸਟੋਰ ਆਫ ਪੁਰਾਣਾ ਘਰ।
ਸਟੋਰ ਹੀਗਾ ਇੱਥੇ ਇੱਥੇ ਸਟੋਰ ਕਰਦੇ ਹੋਏ ਦੇਖੋ ਇੱਥੇ ਦੀਵੇ ਦੂਵੇ ਬਾਲ ਲਏ ਸਟੋਰ ਕਰ ਲਿਆ ਸਮਾਨ ਸਟੋਰ ਕਰਦੇ ਰਾਸ਼ਨ ਪਾਣੀ ਰੱਖ ਦਿੰਦੇ ਐਡੀ ਜਗ੍ਹਾ 'ਤੇ ਬਾਕੀ ਯਾਰ ਦੋਸਤੋ ਆਹ ਚੱਕਰੋ ਆਹ ਮੇਨ ਐਂਟਰਸ ਮੈਂ ਗਲਤ ਹੀ ਆ ਉਹ ਬੂਆ ਨਹੀਂ ਔਰ ਬੇਸਮੈਂਟ ਦਾ ਬੂਆ ਹੀ ਦਿਸ ਇਜ਼ ਦਾ ਕੋਠੀ ਐਂਡ ਦਿਸ ਇਜ਼ ਦਾ ਮੇਨ ਐਂਟਰਸ ਤਾਂ ਹੁਣ ਆਪਾਂ ਉੱਤੇ ਜਾਵਾਂਗੇ ਤਾਂ ਮੈਂ ਉਹ ਇੰਨੇ ਛੋਟੇ ਛੋਟੇ ਕਿਉਂ ਜਾਵੇ ਆਹ ਵੱਡੇ ਕਮਰੇ 'ਚ ਇੱਧਰ ਦੇਖੋ ਘਰ ਦੇ ਅੰਦਰ ਆ ਗਏ ਆਪਾਂ ਠੀਕ ਆ ਅਤੇ ਇੱਥੋਂ ਨਾ ਕਹਿ ਰਹੇ ਨਕਸ਼ਾ ਲੱਗਾ ਹੋਇਆ ਵਾ ਤਾਂ ਯਾਰ ਇੱਥੇ ਨਾ ਨਕਸ਼ਾ ਲੱਗਾ ਕਿਸੇ ਨੂੰ ਸਮਝ ਲੱਗਿਆ ਲੱਭ ਲਿਓ ਕੀ ਹਿਸਾਬ ਕਿਤਾਬ ਹੈ ਜਿਵੇਂ ਇੱਥੋਂ ਦੱਸ ਸਕਦੇ ਹਾਂ ਕਿ ਸਾਰਾ ਕੁਝ ਹੈ ਨਾ ਉਹ ਚੀਜ਼ਾਂ ਸਮਝ ਆਈ ਦੱਸ ਦਿਓ ਮੈਨੂੰ ਵੀ ਬਾਕੀ ਤਾਂ ਮੈਨੂੰ ਸਮਝ ਨਹੀਂ ਲੱਗਾ ਕੁਝ ਇੱਦਾਂ ਹੀ ਆ ਬਸ ਪਤਾ ਲੱਗ ਰਿਹਾ ਪੌੜੇ ਪੁੜੀਆਂ ਹੈਗੀਆਂ ਦੋ ਚਾਰ ਤਾਂ ਯਾਰ ਇਹ ਟੋਡਰ ਮੱਲ ਦੀ ਜਹਾਜ਼ ਹਵੇਲੀ ਇਹਨੂੰ ਜਹਾਜ਼ ਕਿਵੇਂ ਕਿਉਂ ਕਹਿੰਦੇ ਪਤਾ ਲੱਗਾ ਸਾਨੂੰ ਬਾਅਦ ਵਿੱਚ ਜੋ ਨਕਸ਼ਾ ਹੀ ਵੇਖਿਆ ਧਿਆਨ ਨਾਲ ਹੁਣ ਤਾਂ ਟੁੱਟ ਫੁੱਟ ਗਈ ਆ ਪੌੜੀਆਂ ਵੀ ਨਹੀਂ ਲੱਭੀਆਂ ਸਾਨੂੰ ਕਿਤੇ ਚੜ੍ਹ ਲਈ ਪਹਿਲੇ ਜ਼ਮਾਨੇ 'ਚ ਨਾ ਰਸੋਈ ਪਿੱਛੇ ਸੀ ਅੱਗੇ ਵੀ ਅੱਗੇ 4 ਮੰਜ਼ਿਲਾਂ ਸੀਗਾ ਅਤੇ ਪਿੱਛੇ 5 ਮੰਜ਼ਿਲਾਂ ਸੀ ਅਤੇ 2 ਪੋਰਸ਼ਨ ਬਣੇ ਸੀ ਘਰ 'ਚ ਠੀਕ ਆ ਅਤੇ ਉਹ ਵੇਖਣ 'ਚ ਜਹਾਜ਼ ਵਰਗੀ ਲੁੱਕ ਲੱਗਦੀ ਸੀ ਤਾਂ ਕਰਕੇ ਉਹਨੂੰ ਜਹਾਜ਼ ਹਵੇਲੀ ਕਹਿੰਦੇ ਸੀ ਭਾਅ ਜੀ ਹੁਣ ਤਾਂ ਜਹਾਜ਼ ਦੀ ਬਾਡੀ ਰਹਿ ਗਈ ਆ ਤਾਂ ਹੁਣ ਯਾਰ ਥੋੜ੍ਹਾ ਨਾ ਵਾਪਸ ਹੀ ਆਉਂਦੇ ਆਪਾਂ ਥੋੜ੍ਹਾ ਮੂਡ ਕੱਟ ਕੇ ਆਏ ਤੇ ਇੱਥੇ ਰਾਤ ਸਾਹਿਬ ਗੁਰਦੁਆਰਾ ਹੈ ਠੀਕ ਆ ਹੁਣ ਇਸ ਗੁਰਦੁਆਰੇ ਦਾ ਇਤਿਹਾਸ ਮੈਂ ਤੁਹਾਨੂੰ ਦੱਸਦਾ ਇਹ ਆ ਕਿ ਜਦੋਂ ਮਰਿੰਡੇ ਤੋਂ ਸਾਹਿਬਜ਼ਾਦਿਆਂ ਨੂੰ ਤਾਂ ਮਾਤਾ ਗੁਜਰੀ ਨੂੰ ਕੈਦ ਕਰਕੇ ਲਿਆ ਰਹੇ ਸੀ ਤਾਂ ਇੱਥੇ ਆ ਕੇ ਰੁਕੇ ਸੀ ਸਿੱਧਾ ਉੱਥੋਂ ਆ ਕੇ ਸਿੱਧਾ ਇੱਥੇ ਰੁਕੇ ਸੀ ਇੱਥੇ ਆ ਕੇ ਰੁਕ ਕੇ ਥੋੜ੍ਹੀ ਦੇਰ ਰੁਕ ਬਹਿ ਗਏ ਫਿਰ ਅੱਗਿਓਂ ਪੁਲਿਸ ਵਾਲੇ ਲੈ ਕੇ ਗਏ ਹੋਣਗੇ ਨਾ ਗੁਰਦੁਆਰੇ ਦਰਸ਼ਨ ਕਰ ਲਾ ਤੁਸੀਂ ਤਾਂ ਉੱਥੋਂ ਅੱਗੇ ਆਪਾਂ ਨਾ ਬਾਬਾ ਮੋਤੀ ਰਾਮ ਮਹਿਰਾ ਜਿਹੜੇ ਹੈ ਨਾ ਉਹਨਾਂ ਦੇ ਜਗ੍ਹਾ 'ਤੇ ਆਏ ਉੱਥੇ ਇਹਨਾਂ ਦਾ ਘਰ ਸੀਗਾ ਪਹਿਲਾਂ ਤਾਂ ਲਓ ਜੀ ਦਰਸ਼ਨ ਕਰੋ ਹੁਣ ਉਹਨਾਂ ਗਲਾਸਾਂ ਦੇ ਜਿਨ੍ਹਾਂ ਦੇ ਵਿੱਚ ਛੋਟੇ ਚਾਚਿਆਂ ਨੇ ਦੁੱਧ ਪੀਤਾ ਸੀਗਾ ਠੀਕ ਆ ਤਾਂ ਗੁਰੂ ਇੱਧਰ ਚੈੱਕ ਕਰੋ ਅਸੀਂ ਲੰਗਰ ਹਾਲ ਦੇ ਵਿੱਚ ਆ ਚੁੱਕੇ ਹਾਂ ਵਾਪਸ ਚੌਲ ਆ ਅਤੇ ਆਪਣੇ ਨਾਲ ਖੀਰ ਪੂਰਾ ਖੀਰ ਬਸ ਆਹੀ ਤਾਂ ਚਾਹੀਦੀ ਜ਼ਿੰਦਗੀ ਸਵਾਦ ਦੋ ਚਾਰ ਜਿਹੜੇ ਹੈਗੇ ਆ